ਗਲੀ ਜੱਟਾਂ ਵਿਖੇ ਵਾਰ ਨੰਬਰ 60 ਦੇ ਆਮ ਆਦਮੀ ਪਾਰਟੀ ਵਰਕਰਾਂ ਦੀ ਮੀਟਿੰਗ ਅਨਿਲ ਪੱਟੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਵਾਰਡ ਇਨਚਾਰਜ ਰਿਸ਼ੀ ਕਪੂਰ ਨੂੰ ਲੋਕਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਇਹਨਾਂ ਦੇ ਹੱਲ ਦਾ ਪ੍ਰੋਸਾ ਦਿੱਤਾ ਗਿਆ। ਰਾਜੇਸ਼ ਮਲੋਤਰਾ, ਮਨੀਸ਼ ਮਹਾਜਨ, ਸੁਦੇਸ਼ ਕੁਮਾਰ, ਅਸ਼ੋਕ ਨਿਸ਼ਟਲ ਸਮੇਤ ਕਈ ਲੋਕ ਮੌਜੂਦ ਸਨ। ਜੱਟਾਂ ਦੀ ਗਲੀ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਅਨਿਲ ਪੱਟੀ ਜੀ ਦੁਆਰਾ ਤੇ ਵਿਸ਼ੂ ਪੱਟੀ ਜੀ ਦੇ ਦੁਆਰਾ ਤੇ ਅੱਜ ਉਥੇ ਆਏ ਆ ਤੇ ਬਹੁਤ ਹੀ ਮਜ਼ਾ ਆਇਆ ਸਾਨੂੰ ਪਾਰਟੀ ਸਾਰਿਆਂ ਨੇ ਸਾਡੀਆਂ ਗੱਲਾਂ ਸੁਨੀਆਂ ਔਰ ਇਲਾਕੇ ਦੀ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਨਾਲ ਡਿਸਕਸ ਕੀਤੀਆਂ ਔਰ ਜਿਹੜੇ ਇਸ ਇਲਾਕੇ ਦੇ ਕੰਮ ਰੁਕੇ ਪਏ ਆ ਉਹਨਾਂ ਨੇ ਕਿਹਾ ਕਿ ਅਸੀਂ ਜਲਦੋ ਜਲਦੇ ਇਸ ਇਲਾਕੇ ਦੇ ਕੰਮ ਕਰਵਾਵਾਂਗੇ